नेशनल तक एथलीट में कई मेडल जीतकर खिलाड़ी आज मजदूरी करने के लिए हुआ मजबूर। किसी भी अधिकारी या सरकार की तरफ से नहीं लिया गया कोई संज्ञान। क्या मौजूद हाँ श्री मुक्तसर साहब के नाल लगते पिंड बुढ़ा गुजर के अज तुम इसे शख्स न मिलावे जो रेसा के हिस्सा लै चुकया तो नैशनल लैवल से खेड चुकया तो उन्होंने गलबात करते हैं। बई जी की नाम आ? मेरा नाम गुरप्रीत सिंह। तो बई जी रेसा के हिस्सा लिया कितों कितों तक खेड चुके? मैं नैशनल तक खेड चुका हाँ, रांची अटावा बंगलौर इतों तक जा चुका हाँ। ਕਿੰਨਾ ਟਾਈਮ ਹੋ ਗਿਆ ਤੁਹਾਨੂੰ? ਮੈਨੂੰ 2011 ਤੋਂ ਸ਼ੁਰੂ ਕੀਤੀ ਸੀ ਮੈਂ ਅਤੇ 2015 'ਚ ਮੈਂ ਛੱਡਤੀ ਸੀ। ਛੱਡਣ ਦਾ ਕਾਰਨ ਕੀ? ਛੱਡਣ ਦਾ ਕਾਰਨ ਇਹ ਕਿ ਅੱਗੇ ਮੈਨੂੰ ਕੁਛ ਸਹਾਇਤਾ ਨਹੀਂ ਮਿਲੀ ਸਰਕਾਰ ਵੱਲੋਂ, ਮਤਲਬ 21 ਸਰਕਾਰਾਂ ਦੀ ਵੀ ਕੁਛ ਨਹੀਂ ਸਪੋਰਟ ਹੋਈ ਸਾਨੂੰ, ਇਸ ਕਰਕੇ ਸਾਨੂੰ ਗੇਮ ਛੱਡਣੀ ਪਈ। ਫਿਰ ਦੁਬਾਰਾ ਫਿਰ ਮੈਂ ਜਾਰੀ ਕੀਤੀ 2015 ਛੱਡ ਕੇ 17 'ਚ ਫਿਰ ਮੈਂ ਜਾਰੀ ਕਰ ਲਈ ਸੀ। ਫਿਰ ਮੈਂ ਕ੍ਰੋਸ ਕੰਟਰੀ 2019 ਵਿੱਚ ਆਪਣੇ ਜਰੰਗਲ ਸਾਹਿਬ ਨੇ ਉਹ ਸੁਮਿਤ ਕੁਮਾਰ ਨੇ ਕਰਵਾਈ ਸੀ ਕ੍ਰੋਸ ਕੰਟਰੀ, ਉਹਦੇ ਵਿੱਚ ਮੈਂ ਰਿਹਾ ਸੀਗਾ 18 'ਚ 18 ਦੇ ਵਿੱਚ ਮੈਂ 5 ਕਿਲੋਮੀਟਰ 'ਚ ਪਹਿਲੇ ਸਥਾਨ 'ਤੇ। ਅਤੇ ਉਦੋਂ ਬਾਅਦ ਵਿੱਚ ਆਪਣੇ ਡੀ ਸਾਹਿਬ ਨੇ ਫਿਰ ਕਰਵਾਈ ਸੀ, ਆਪਣੇ ਆ ਗਏ ਸੀਗੇ ਐੱਮ ਕੇ ਰਵਿੰਦਰ ਕੁਮਾਰ ਨੇ 5-10 ਕਿਲੋਮੀਟਰ, ਉਹਦੇ ਵਿੱਚ ਵੀ ਮੈਂ ਫਸਟ ਰਿਹਾ ਸੀ ਆਪਣੇ ਜ਼ਿਲ੍ਹੇ 'ਚੋਂ। ਅਤੇ ਉਦੋਂ ਬਾਅਦ ਵਿੱਚ ਫਿਰ ਮੈਂ ਥੋੜ੍ਹੀ ਥੋੜ੍ਹੀ ਤਿਆਰੀ ਕਰਦਾ ਰਿਹਾ, ਪਰ ਮੇਰੇ ਤੋਂ ਉਨੀ ਪ੍ਰੋਪਰ ਤਿਆਰੀ ਨਹੀਂ ਹੋਈਗੀ, ਵੀ ਪ੍ਰੋਪਰ ਤਿਆਰੀ ਦੇ ਕਾਰਨ ਇਹ ਸੀਗਾ ਕਿਉਂਕਿ ਮੈਨੂੰ ਮਜ਼ਦੂਰੀ ਕਰਨੀ ਪੈਂਦੀ ਸੀ, ਮੈਨੂੰ ਰੋਜ਼ਗਾਰ ਨਹੀਂ ਮਿਲਿਆ ਸੀਗਾ ਇਸ ਕਰਕੇ। ਇਹ ਤਿਆਰੀ ਜਿਹੜੀ ਤੁਸੀਂ ਆਪ ਕੀਤੀ ਹੈ ਜਾਂ ਗੁਰੂ ਸੀ ਤੁਹਾਡਾ? ਮੈਂ ਪਹਿਲਾਂ ਸਕੂਲ ਦੇ ਵਿੱਚ ਪੜ੍ਹਦਾ ਸੀ, ਉੱਥੇ ਸੁਖਜਿੰਦਰ ਸਰ ਸੀਗੇ ਆਪਾਂ ਨੂੰ ਤਿਆਰੀ ਕਰਾਉਂਦੇ, ਪੀਟੀ ਮਾਸਟਰ ਸੀਗੇ ਆਪਣਾ, ਮਿਡਲ ਸਕੂਲ ਸੀਗਾ ਪਿੰਡ ਬੂੜਾ ਗੁਜਰ ਵਿੱਚ ਇੱਥੇ। ਉਦੋਂ ਬਾਅਦ ਵਿੱਚ ਮੈਂ ਸਾਲ ਤਿਆਰੀ ਕੀਤੀ ਆਪਣੇ ਬਲਵੀਰ ਸਰ ਕੋਲ ਗੌਰਮੈਂਟ ਕਾਲਜ। ਕਿੰਨੇ ਮੀਟਰ ਦੀਆਂ ਰੇਸਾਂ ਤੁਸੀਂ ਮੰਨ ਲਓ ਲਾ ਚੁੱਕੇ? ਮੈਂ 10 ਕਿਲੋਮੀਟਰ ਤੱਕ ਲਾ ਚੁੱਕੇ। ਮੈਡਲ ਤੁਸੀਂ ਦੇਖ ਸਕਦੇ ਹੋ ਵੀ ਮੈਡਲ ਕਿਹੜੇ ਕਿਹੜੇ ਮੈਡਲ ਆਏ ਇਹ ਤੁਸੀਂ ਦੱਸੋਗੇ? ਇਸ ਆ ਗੋਲਡ ਆ, ਬਰਾਊਂਜ਼ ਆ, ਸਿਲਵਰ। ਕਿੱਥੋਂ ਕਿੱਥੋਂ ਜਿੱਤੇ ਹੋਏ ਆ? ਇਹ ਤਰਨ ਤਾਰਨ ਜ਼ਿਲ੍ਹਾ, ਫਿਰੋਜ਼ਪੁਰ ਜ਼ਿਲ੍ਹਾ, ਲੁਧਿਆਣਾ ਜ਼ਿਲ੍ਹਾ, ਮਤਲਬ ਕਿ ਪੰਜਾਬ 'ਚੋਂ ਮੈਂ ਫਸਟ ਹੀ ਆਉਂਦਾ ਰਿਹਾ ਹੁਣ ਤੱਕ। ਅਤੇ ਹੁਣ ਕੀ ਕਰਦੇ ਪਏ ਇਸ ਟਾਈਮ? ਇਸ ਟਾਈਮ ਮੈਂ ਮਜ਼ਦੂਰੀ ਕਰ ਰਿਹਾ। ਮਜ਼ਦੂਰੀ ਕੀ ਕਾਰਨ ਮੰਨ ਲਓ ਅੱਗੇ ਖੇਡੇ ਨਹੀਂ ਸੀ? ਅੱਗੇ ਖੇਡਣ ਦਾ ਵੀ ਮੈਂ ਤਿਆਰੀ ਕਰ ਰਿਹਾ, ਪਰ ਅੱਗੇ ਖੇਡਣ ਦੇ ਮੈਨੂੰ ਮੌਕਾ ਨਹੀਂ ਮਿਲ ਰਿਹਾ। ਮੌਕਾ ਇਸ ਕਰਕੇ ਕਿ ਮੈਨੂੰ ਮਜ਼ਦੂਰੀ ਕਰਨੀ ਪੈਂਦੀ ਆ, ਮੇਰੇ ਕੋਲ ਪ੍ਰੋਪਰ ਟਾਈਮ ਨਹੀਂ ਨਿਕਲ ਰਿਹਾ ਵੀ, ਮਤਲਬ ਮੈਨੂੰ ਕੋਈ ਸਹਾਇਤਾ ਨਹੀਂ ਮਿਲੀ ਸਰਕਾਰ ਵੱਲੋਂ, ਨਾ ਕੁਛ ਕਰ ਰਿਹਾ, ਪਰ ਨਾ ਕੋਈ ਚਿੱਠੀ ਪੱਤਰ ਵਗੈਰਾ ਭੇਜਿਆ ਹੈਗਾ, ਪਰ ਮੈਂ ਆਪਣੇ ਆਪ ਚਿੱਠੀਆਂ ਪਾਈਆਂ ਸੀ, ਉਹਦਾ ਕੋਈ ਜਵਾਬ ਨਹੀਂ ਆਇਆ। ਕੀ ਕਾਰਨ ਕੀ ਮੰਨਦੇ ਹੋ? ਇੱਕ ਪਾਸੇ ਤਾਂ ਸਰਕਾਰ ਮੰਨ ਲਓ ਕਹਿੰਦੀ ਹੈਗੀ ਆ ਵੀ ਇਸ ਪਾਸੇ ਆਉਣਾ ਚਾਹੀਦਾ ਨੌਜਵਾਨਾਂ ਨੂੰ, ਤੇ ਇੱਕ ਪਾਸੇ ਸਰਕਾਰ ਦੀਆਂ ਨਲੇਕੀਆਂ, ਕਿਸੇ ਵੱਲੋਂ ਤੁਹਾਡੀ ਸਾਰ ਨਹੀਂ ਲਈਗੀ? ਕਿਸੇ ਵੱਲੋਂ ਸਾਰ ਨਹੀਂ ਲਈਗੀ। ਹੁਣ ਮੇਰੇ ਪਿੰਡ ਵਿੱਚ ਗਰਾਊਂਡ ਬਣਨਾ ਸੀ, ਉਹ ਵੀ ਕੈਂਸਲ ਹੋਇਆ ਪਈ, ਵੀ ਮਤਲਬ ਉਹ ਵੀ ਨਹੀਂ ਬਣਿਆ ਹਾਲੇ, ਵੀ ਮੈਂ ਫਿਰ ਵੀ ਆਪਣੇ ਵੱਲੋਂ ਕੋਸ਼ਿਸ਼ ਕਰਦਾ ਵੀ ਮੇਰੇ ਨਾਲ ਬੱਚੇ ਜੁੜਨ, ਜੇ ਮੈਨੂੰ ਕੋਈ ਰੁਜ਼ਗਾਰ ਦੇਣਗੇ ਮੈਂ ਬੱਚਿਆਂ ਨੂੰ ਹੋਰ ਤਿਆਰ ਕਰੂੰਗਾ, ਵੀ ਨਸ਼ੇ ਦੇ ਵਿੱਚੋਂ ਬਾਹਰ ਆਉਣਗੇ ਉਹਨਾਂ ਨੂੰ ਮੈਂ ਖਿਡਾਰੀ ਬਣਾਊਂਗਾ, ਜਿਵੇਂ ਹੁਣ ਮੈਂ ਅੱਧ ਵਿਚਾਲੇ ਲੌਂਕ ਰਿਹਾ ਹਾਂ, ਪਰ ਐਵੇਂ ਨਾ ਹੋਵੇ ਵੀ ਮੇਰੇ ਗਰੀਬ ਭਰਾ ਹੋਰ ਉੱਠਣ ਅਤੇ ਮੈਂ ਵੀ ਨਾਲ ਉੱਠਾਂ। ਜੇਕਰ ਮੰਨ ਲਓ ਤੁਹਾਨੂੰ ਮੌਕਾ ਮਿਲਦਾ ਅਤੇ ਕਿੱਥੋਂ ਤੱਕ ਮੰਨ ਲਓ ਤੁਸੀਂ? ਮੈਂ ਅੱਜ ਤੋਂ ਆਪਦੇ ਪਿਓ ਦੇ ਕੰਮ ਤੋਂ ਹੀ ਮਜ਼ਦੂਰੀ ਤੋਂ ਹੀ ਇੰਨਾ ਖੇਡਾਂ ਹੈਗਾ, ਮਤਲਬ ਮਜ਼ਦੂਰੀ ਕਰਦੇ ਹਾਂ। ਸਰਕਾਰ ਮੌਕਾ ਦਿੰਦੀ ਹੈ ਤਾਂ? ਮੌਕਾ ਦਿੰਦੀ ਮੈਂ ਏਸ਼ੀਆ ਤੱਕ ਖੇਡ ਸਕਦੇ। ਅਤੇ ਕਿੰਨਾ ਹੁਣ ਕਿੰਨਾ ਸਮਾਂ ਹੋ ਗਿਆ ਮੰਨ ਲਓ ਤੁਹਾਨੂੰ ਖੇਡਦਿਆਂ ਨੂੰ? ਖੇਡਦਿਆਂ ਨੂੰ 2011 ਤੋਂ ਸ਼ੁਰੂ ਕੀਤੀ ਸੀ। 2011 ਤੋਂ ਸ਼ੁਰੂ ਕੀਤੀ ਸੀਗੀ। ਅਤੇ ਹੋਰ ਵੀ ਕੋਈ ਟਰੋਫੀਆਂ ਜਾਂ ਕੁਛ? ਮੈਡਲ ਟਰੋਫੀਆਂ ਵਗੈਰਾ ਸਾਰੀਆਂ ਘਰ ਪਈਆਂ ਹੈਗੀਆਂ ਆਪਣੀਆਂ, ਅਤੇ ਚੈੱਕ ਵੀ ਪਏ ਹੈਗੇ ਜਿਹੜੇ ਦਿੱਤੇ ਸੀ, ਜੇ ਮਤਲਬ ਕ੍ਰੋਸ ਕੰਟਰੀ ਜਿੱਤੀਆਂ ਹੋਈਆਂ ਆਪਾਂ ਜਿਹੜੀਆਂ ਸਾਰੀਆਂ। ਅਤੇ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਜਿਹੜੇ ਨੌਜਵਾਨ ਨਸ਼ਿਆਂ 'ਚ ਵੜ ਚੁੱਕੇ ਆ, ਇਹਦਾ ਨਸ਼ਾ ਬਹੁਤ ਚੱਲਿਆ, ਨਸ਼ੇ ਦੇ ਵਿੱਚ ਵੜ ਗਿਆ, ਕੀ ਸੁਨੇਹਾ ਦੇਣਾ ਚਾਹੋਗੇ ਤੁਸੀਂ? ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਵੀ ਇਸ ਤੋਂ ਸਰਕਾਰਾਂ ਨੂੰ ਗੇਮਾਂ ਵੱਲ ਧਿਆਨ ਦੇਣਾ ਚਾਹੀਦਾ ਅਤੇ ਬੱਚਿਆਂ ਨੂੰ ਵੀ ਧਿਆਨ ਦੇਣਾ ਚਾਹੀਦਾ ਸਿਹਤ ਵੱਲ, ਵੀ ਇਹਨਾਂ ਨਸ਼ਿਆਂ ਤੋਂ ਬਚਣ, ਗੇਮ ਕਰਨ ਅਤੇ ਖਿਡਾਰੀ ਬਣਨ। ਤਾਂ ਤਸਵੀਰਾਂ ਇੱਕ ਵਾਰੀ ਤੁਹਾਨੂੰ ਇੱਧਰ ਦਿਖਾ ਦਿੰਦੇ ਹਾਂ, ਨੌਜਵਾਨ ਖੇਡ ਰਹੇ ਨੇ ਫੁੱਟਬਾਲ ਖੇਡ ਰਹੇ ਨੇ, ਤਾਂ ਇਹ ਜ਼ਰੂਰੀ ਆ, ਇਹ ਅੱਜ ਦੀ ਲੋੜ ਆ, ਜੇਕਰ ਸਰਕਾਰਾਂ ਇਹਨਾਂ ਨੌਜਵਾਨਾਂ ਦਾ ਸਾਥ ਦਿੰਦੀਆਂ ਅਤੇ ਇਹ ਖੇਡਾਂ ਦੇ ਵੱਲ ਇਹਨਾਂ ਦਾ ਧਿਆਨ ਜਾਂਦਾ ਤਾਂ ਹੋ ਸਕਦਾ ਜੋ ਚਿੱਟੇ ਦਾ ਨਸ਼ਾ ਉਹਨਾਂ ਤੋਂ ਹਟ ਕੇ ਇੱਧਰ ਖੇਡ ਵੱਲ ਆ ਸਕਦੇ ਨੇ। ਪਰ ਸਰਕਾਰਾਂ ਦੇ ਵੱਲੋਂ ਜਿਸ ਤਰ੍ਹਾਂ ਦੇ ਨਾਲ ਮੁੰਡੇ ਵੱਲੋਂ ਦੱਸਿਆ ਗਿਆ
कि नैशनल तक खेड चुकया पर उसकी किसी वालों सहायता नहीं की गई, जिस दे नाल उहदा मन डोल गया तो हुण उहनूं मजदूरी करनी पै रही है। ये सरकारां नूं जरूर चाहिए कि इन्हां नौजवानों की मदद की जाए ता कि इन्हां नूं खेड वल लिआंदा जाए तो इन्हां नशियां वल्लों दूर किया जाए। तो असीं इही आस करदे हां कि सरकार जरूर इन्हां वल्ली ध्यान देवेगी। कैमरामैन गुरपिंदर दे नाल श्री मुक्तसर साहब तो बूटा सिंह की रिपोर्ट।